अस्सलाम वालेकुम दोस्तों, आज तुहानू एक ऐसी हवेली दिखाने हैं जिहड़ी बनाई तो इंसानां वास्ते सी लेकिन उहदे विच बसेरा कबरां दा वा। आओ फिर चलते हैं तुहानू उह दिखाने हैं। लो जी, उमर याद के महल के अंदर आ गए हैं। इत्थे आ के जिहड़े मेरी बैक साइड ते देख रहे वा, ये उमर याद की जिहड़ी वाइफ आ उहदी कबर आ, और उहदे बच्चे की कबर आ बेटे की, जिहड़ा शादी वाली रात नूं फौत हो गया सी। उस तो एक साल बाद जिहड़ा उहदी बीवी भी फौत हो गई सीगी। इहनूं वीरान हवेली भी कहा जाता वा। मज़ीद चलते हैं अगे, देखते हैं अगे कि चीज़ है वा उपर। वो देखते हैं यदि पांच मंजिला सी जी, तकरीबन बारिश की वजह तो दो गिर गया सीगिया। चलते हैं हुण अंदर, तुहानू वो दिखाने। उमर हयात महल, जो गुलजार मंजिल के नाम से भी जाना जाता है, पाकिस्तान के सूबे पंजाब के शहर चनियोट के मरकज में वाकया लकड़ी की बनी एक आला किस्म की इमारत है। ये एक पांच मंजिला इमारत थी। बदकिस्मती की वजह से इसकी ऊपर वाली दो मंजिलें 1993 में गिर गईं। गिरने की वजह शदीद तूफान और बारिश थी, जिसने सारी इमारत को काफी हद तक नुकसान पहुँचाया। लो जी, मैं इहदी छाते जा रहा वा। जिहड़ी पांच मंजिला इमारत सी लेकिन बारिशों की वजह तो कोई ये गिर गुर गई है, लेकिन मैं कहा तुहानू बिल्कुल उपर का जिहड़ा ना वो व्यू दिखाना वा। मैं डर तो लग रहा ओ यार ओ बदकिस्मती से इस वक्त इमारत की हालत खस्ता हाल हो चुकी है। बारिश की वजह से लकड़ियां अपना रंग भी खो चुकी हैं। मौजूदा सूरत हाल ये है कि इमारत की बलाई मंजिल आहिस्ता आहिस्ता गिर रही है। जी गुलजार मंजिल उमर हयात महल यदि छाते आए हैं, और इत्थे दे जिहड़े रहायशी आ जिहड़े विजिट करन वाले आ उन्हां को जानदे आ इहदा जिहड़ी इहदी स्टोरी आ, और उन्हां नाल गल करदे आ। अस्सलाम वालेकुम जी। वालेकुम अस्सलाम, कैसे भाई? वेलकम जी। वकास साहब, तुहानू बहुत खुशी हुई है भजन तुहानू मिल के अज्ज, ते तुसीं अज्ज आए हो साडे कोल चनियोट च उमर हयात महल दा तुसीं विजिट करन लई आए हो। उमर हयात महल जिहड़ा असल बेसिक ते बहुत खूबसूरत जगह है साडे चनियोट लई, इह तारीखी महल आ, लेकिन साडी बदकिस्मती है कि इह हुकूमती आपस दीआं लड़ाइयां दे विच आ के इह जिहड़ी सकाफती विरसा साडा ਇਹ ਤਬਾਹਾਲੀ ਦਾ ਸ਼ਿਕਾਰ ਹੁੰਦਾ ਜਾ ਰਿਹਾ। ਮਹਿਕਮਾ ਔਕਾਫ ਕਹਿੰਦਾ ਜੀ ਕਿ ਇਹ ਗੌਰਮੈਂਟ ਇਸ ਨੂੰ ਟੇਕ ਆਊਟ ਕਰੇ, ਮਕਾਮੀ ਇੰਤਜ਼ਾਮੀਆਂ, ਲੇਕਿਨ ਮਕਾਮੀ ਇੰਤਜ਼ਾਮੀਆਂ ਕਹਿੰਦੀ ਔਕਾਫ ਦੇ ਅੰਡਰ ਆਵੇ। ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਆ ਕੇ ਇਹ ਮਹਿਲ ਦੀਆਂ ਖੂਬਸੂਰਤ ਟਾਇਲਾਂ ਨੇ ਜਿਹੜੀਆਂ ਅੱਜ ਦੇ ਦੌਰ 'ਚ ਨਹੀਂ ਬਣ ਸਕਦੀਆਂ। ਇਹ ਦੇਖੋ ਇੱਕ ਇੱਕ ਚੀਜ਼ਾਂ ਇੱਥੇ ਵਿਖਰੀਆਂ ਪਈਆਂ ਨੇ, ਟੁੱਟੀਆਂ ਪਈਆਂ ਨੇ, ਅੱਜ ਇਹ ਚੀਜ਼ਾਂ ਨਹੀਂ ਬਣਦੀਆਂ ਜਿਹੜੀਆਂ ਉਸ ਵਕਤ ਦੀਆਂ ਬਣੀਆਂ ਹੋਈਆਂ ਨੇ। ਜ਼ੁਹੇਬ, ਇਹ ਬੜੀ ਖੂਬਸੂਰਤ ਇਮਾਰਤ ਬਣਾਈ ਗਈ ਆ ਇਹ ਸ਼ੇਖ ਉਮਰ ਯਾਦ ਦੀ ਤਰਫੋਂ ਜੀ। ਆ ਇਹ ਆਬਾਦ ਕਿਉਂ ਨਹੀਂ ਹੋ ਸਕੀ? ਇਹਦੀਆਂ ਨਾ ਵਿਕਾਸ ਭਾਈ ਬੜੀ ਮਜ਼ੇ ਦੀਆਂ ਸਟੋਰੀਆਂ ਨੇ, ਦੋ ਤਿੰਨ ਚੀਜ਼ਾਂ ਜਿਸ ਤਰ੍ਹਾਂ ਲੋਕਾਂ ਨੇ ਤਾਰੀਖ ਇਹਦੀ ਬਣਾਈ ਹੈ, ਪੜ੍ਹੀ ਹੈ, ਉਹਦੇ ਹਿਸਾਬ ਦੇ ਨਾਲ ਇਹਨੂੰ ਕਿਹਾ ਜਾਂਦਾ। ਜਿਹੜੇ ਉਮਰ ਯਾਦ ਮਹਿਲ ਵਾਲੇ ਸੀਗੇ ਨਾ ਜੀ, ਇਹ ਸ਼ਾਦੀ ਦੇ ਦਿਨਾਂ 'ਚ ਹੀ ਇਹ ਵਫਾਤ ਪਾ ਗਏ, ਉਹਦੀ ਵਜ੍ਹਾ ਤੋਂ ਕਰਕੇ ਇਹਨੂੰ ਭੂਤ ਬੰਗਲਾ ਕਿਹਾ ਜਾ ਰਿਹਾ। ਮੁਖਤਲਿਫ ਲੋਕਾਂ ਦੀ ਜਿਸ ਤਰ੍ਹਾਂ ਸੋਚ ਹੁੰਦੀ, ਜਿਸ ਤਰ੍ਹਾਂ ਲੋਕ ਵਿਜ਼ਿਟ ਕਰਦੇ ਨੇ, ਇਹਨੂੰ ਉਹਦਾ ਆਪਣਾ ਨਾਂ ਦੇ ਕੇ ਚਲੇ ਜਾਂਦੇ ਨੇ। ਅਗਰ ਫੈਸਲਾਬਾਦ ਤੋਂ ਲੋਕ ਆਉਂਦੇ ਨੇ ਤਾਂ ਉਹ ਇਹਨੂੰ ਕਹਿੰਦੇ ਨੇ ਜੀ ਮੌਤ ਦੀ ਵੇਲੀ ਹੈ। ਅਗਰ ਇਹਨੂੰ ਕੋਈ ਗੁਜਰਾਂ ਵਾਲੀ ਸਾਈਡ ਤੋਂ ਆਉਂਦੇ ਨੇ, ਸਿਆਲਕੋਟ ਤੋਂ ਆਉਂਦੇ ਨੇ, ਤਾਂ ਉਹ ਇਹਨੂੰ ਕਹਿੰਦੇ ਨੇ ਲੱਕੜ ਦਾ ਕਬਰਸਤਾਨ। ਮੁਖਤਲਿਫ ਲੋਕਾਂ ਦੀ ਇਹਨੇ ਮੁਖਤਲਿਫ ਜ਼ੁਬਾਨਾਂ ਨੇ, ਸਰਗੋਧਾ ਵਾਲੇ ਦੋਸਤ ਸਾਡੇ ਆਉਂਦੇ ਨੇ ਵਿਜ਼ਿਟ ਕਰਨ ਲਈ, ਕਾਫੀ ਦਫ਼ਾ ਉਹਨਾਂ ਨਾਲ ਮੁਲਾਕਾਤ ਹੋਈ ਹੈ, ਉਹ ਇਸ ਨੂੰ ਆਪਣੀ ਤਰਜ਼ ਦਾ ਕਹਿੰਦੇ ਨੇ ਕਿ ਪਹਾੜ ਦੀ ਖੂਬਸੂਰਤੀਆਂ ਦੇ ਵਿੱਚ, ਪਹਾੜਾਂ ਦੇ ਸੰਗਮ ਵਿੱਚ ਇੱਕ ਖੂਬਸੂਰਤ ਮਹਿਲ ਕਬਰਸਤਾਨ ਮਹਿਲ ਕਿਹਾ ਜਾਂਦਾ। ਸਾਡੇ ਚਨਿਓਟ ਦੇ ਲੋਕ ਜਿਹੜੇ ਇਹਨੂੰ ਫਿਰ ਵੀ ਉਮਰ ਹਯਾਤ ਮਹਿਲ ਇਸ ਲਈ ਕਹਿੰਦੇ ਨੇ ਕਿਉਂਕਿ ਇਹ ਉਮਰ ਹਯਾਤ ਦੇ ਨਾਮ ਤੋਂ ਇਹ ਮਸ਼ਹੂਰ ਹੋਇਆ। ਇਹਦੇ 'ਤੇ ਜਿਹੜੀ ਨਕਸ਼ੋ ਨਗਾਰਿਸ਼ ਹੋਈ ਹੋਈ, ਜਿਹੜੇ 'ਤੇ ਲੱਕੜੇ ਦਾ ਕੰਮ ਹੋਇਆ, ਇਹਦੇ ਜਿਹੜੇ ਪਿਰਜਾ ਬਰਾਦਰੀ ਦੇ ਲੋਕ ਸੀਗੇ ਜਿਹੜੇ ਇਹਦੇ 'ਤੇ ਕਾਰੀਗਰ ਕੰਮ ਕਰਦੇ ਸੀ ਮੁਨੱਵਤ ਦਾ,
ਉਹ ਸਾਡੇ ਵੱਡੇ ਦੱਸਦੇ ਆ ਭਾਈ ਜਾਨ ਕਿ ਇਹ ਰਾਤ ਨੂੰ ਸੌਂਦੇ ਸੀ, ਜ਼ੇਨ ਡਿਜ਼ਾਇਨ ਲੈਂਦੇ ਸੀ, ਉਸ ਤੋਂ ਬਾਅਦ ਆ ਕੇ ਇਹਦੇ ਉੱਤੇ ਨਕਸ਼ ਨਗਾਰੀ ਕਰ ਜਾਂਦੇ ਸੀ ਲੱਕੜੀ ਦੇ ਕੰਮ ਦੇ ਉੱਤੇ। ਇਹਦੀ ਇਹ ਹਿਸਟਰੀ ਹੈ ਔਰ ਬਹੁਤ ਜ਼ਿਆਦਾ ਖੂਬਸੂਰਤ ਹੈ। ਲੇਕਿਨ ਫਿਰ ਗੱਲ ਉੱਥੇ ਹੀ ਆ ਜਾਏਗੀ ਕਿ ਇਹਨੂੰ ਹਕੂਮਤ ਦੀ ਤਵੱਜੋ ਦੀ ਜ਼ਰੂਰਤ ਹੈ ਔਰ ਬਹੁਤ ਸਾਰੀ ਜ਼ਰੂਰਤ ਆ। ਹਾਂਜੀ ਬਿਲਕੁਲ, ਤੁਸੀਂ ਇੱਥੇ ਦੇ ਰਹਿਸ਼ੀ ਜਿਹੜਾ ਇਹਨਾਂ ਦਾ ਇਹਨਾਂ ਦੀਆਂ ਗੱਲਾਂ ਸੁਣੀਆਂ, ਇਹਨਾਂ ਨੇ ਦੱਸਿਆ ਕਿ ਇਹਨੂੰ ਜਿਹੜਾ ਹਕੂਮਤ ਦੀ ਜਿਹੜਾ ਨਾ ਕੇਅਰ ਦੀ ਜ਼ਰੂਰਤ ਆ ਕਿ ਹਕੂਮਤ ਇਹਨੂੰ ਟੇਕ ਓਵਰ ਕਰੇ। ਅੱਗੇ ਚੱਲਦੇ ਹਾਂ, ਹੋਰ ਵੀ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਉਮਰ ਹਯਾਤ ਮਹਿਲ ਦਾ, ਇਹਨਾਂ ਦੀਆਂ ਗੱਲਾਂ ਤਾਂ ਤੁਸੀਂ ਸੁਣੀਆਂ, ਹੁਣ ਅੱਗੇ ਚੱਲਦੇ ਹਾਂ। 18ਵੀਂ ਸਦੀ ਈਸਵੀ ਕੇ ਆਖਰ ਮੇ ਔਰ 19ਵੀਂ ਸਦੀ ਈਸਵੀ ਕੀ ਸ਼ੁਰੂਆਤ ਮੇ ਸ਼ੇਖ ਖਾਨਦਾਨ ਕੇ ਕਈ ਅਫਰਾਦ ਨੇ ਕੋਲਕਾਤਾ ਸੇ ਚਨਿਓਟ ਹਿਜਰਤ ਕੀ। ਸ਼ੇਖ ਉਮਰ ਹਯਾਤ ਜੋ ਕੋਲਕਾਤਾ ਕਾ ਇੱਕ ਕਾਮਯਾਬ ਤਾਜਰ ਥਾ, ਇਸਨੇ ਆਪਣੇ ਬੇਟੇ ਕੇ ਲੀਏ ਇੱਕ ਸ਼ਾਨਦਾਰ ਇਮਾਰਤ ਬਨਵਾਨੇ ਕਾ ਫੈਸਲਾ ਕੀਆ। ਚਨਾਚਾ ਉਮਰ ਹਯਾਤ ਨੇ ਸੈਯਦ ਹਸਨ ਸ਼ਾਹ ਕੋ ਇਸ ਸ਼ਾਨਦਾਰ ਇਮਾਰਤ ਬਨਾਨੇ ਪਰ ਮਾਮੂਰ ਕੀਆ, ਜਿਨ੍ਹੋਂਨੇ 10 ਸਾਲ ਤੱਕ ਇਸ ਕਾਮ ਕੇ ਲੀਏ ਦਿਨ ਰਾਤ ਮਿਹਨਤ ਕੀ। ਲਓ ਜੀ, ਲੱਕੜੀ ਦੀ ਬਣੀ ਹੈ ਖੂਬਸੂਰਤ ਇਮਾਰਤ ਜਿਹੜੀ ਬੜੀ ਪਿਆਰੀ ਲੱਗਦੀ ਪਈ ਆ। ਇਹਦੇ ਅੰਦਰ ਵਿਜ਼ਿਟ ਕਰ ਰਹੇ ਹਾਂ, ਦੇਖ ਰਹੇ ਹਾਂ, ਇਹ ਐਸੀ ਪਿਆਰੀ ਇਮਾਰਤ ਬਣਾਈ ਆ ਜਿਹਦੇ ਮੁਖਤਲਿਫ ਜਿਹੜਾ ਸ਼ੀਸ਼ੇ ਵਗੈਰਾ ਔਰ ਮੁਖਤਲਿਫ ਇੱਥੋਂ ਸ਼ਹਿਰ ਤੱਕ ਦਾ ਜਿਹੜਾ ਉਹ ਨਜ਼ਰ ਆਉਂਦਾ ਵਾ। ਅੱਗੇ ਚੱਲਦੇ ਹਾਂ, ਅੱਗੇ ਵੀ ਤੁਹਾਨੂੰ ਦੱਸਣ। ਰਹੀਮ ਬਖਸ਼ ਔਰ ਇਲਾਹੀ ਬਖਸ਼ ਨੇ ਲੱਕੜੀ ਪਰ ਸ਼ਾਨਦਾਰ ਕੰਮ ਕੀਆ। ਸ਼ੇਖ ਉਮਰ ਹਯਾਤ ਕੀ ਬਣਾਈ ਗਈ ਇਮਾਰਤ ਆਪਣੇ ਇਲਾਕੇ ਕੀ ਇੱਕ ਸ਼ਾਨਦਾਰ ਇਮਾਰਤ ਹੈ, ਜਿਸੇ ਬਣਾਨੇ ਮੇਂ 4 ਲੱਖ ਰੁਪਏ ਖਰਚ ਹੋਏ ਥੇ। ਤਾਮੀਰ ਕਾ ਕਾਮ 1935 ਮੇਂ ਖਤਮ ਹੁਆ। ਇਸੀ ਸਾਲ ਇਸਕੀ ਤਾਮੀਰ ਮੁਕੰਮਲ ਹੋਣੇ ਸੇ ਸਿਰਫ 2 ਮਾਹ ਕਬਲ ਉਮਰ ਹਯਾਤ ਵਫਾਤ ਪਾ ਗਿਆ। ਇਹ 14 ਮਰਲੇ ਪਰ 4 ਲੱਖ ਰੁਪਏ ਕੀ ਲਾਗਤ ਸੇ ਤਕਰੀਬਨ 10 ਸਾਲ ਮੇਂ ਇਹ 5 ਮੰਜ਼ਲਾ ਮਹਿਲ ਬਣਵਾਇਆ। ਲੇਕਿਨ ਉਹਨੇ ਖੁਸ਼ੀਆਂ ਰਾਸ ਨਹੀਂ ਆਈ, 1935 ਮੇਂ ਵੋ ਵਫਾਤ ਪਾ ਗਏ। ਵੋ ਕਰੀਬ ਕਬਰਸਤਾਨ ਹੈ, ਵਹਾਂ ਦਫਨ ਹੈ। ਉਮਰ ਹਯਾਤ ਕਾ ਸਿਰਫ ਇੱਕ ਬੇਟਾ ਥਾ, ਜਿਸ ਕਾ ਨਾਮ ਗੁਲਜ਼ਾਰ ਮੁਹੰਮਦ ਥਾ। ਗੁਲਜ਼ਾਰ ਮੁਹੰਮਦ ਨੇ 1938 ਮੇਂ ਸ਼ਾਦੀ ਕੀ। ਗੁਲਜ਼ਾਰ ਮੁਹੰਮਦ ਕੀ ਸ਼ਾਦੀ ਕੇ ਬਿਲਕੁਲ ਅਗਲੇ ਦਿਨ ਉਨਕੀ ਮੌਤ ਵਾਕਿਆ ਹੋ ਗਈ। ਸ਼ਹਿਰ ਚਨਿਓਟ ਕੀ ਪਹਾੜੀਓਂ ਪੇ ਚੜ੍ਹ ਕੇ ਢੋਲ ਵਜਾਇਆ ਗਿਆ। ਕਿਹਾ ਗਿਆ ਜੋ ਢੋਲ ਕੀ ਆਵਾਜ਼ ਸੁਣੇ ਸਮਝੇ ਸ਼ਾਦੀ ਪੇ ਬੁਲਾਇਆ ਗਿਆ ਹੈ। ਜੋ ਪਕਤੇ ਹੋਏ ਖਾਣੇ ਕਾ ਧੂੰਆਂ ਉੱਠਤਾ ਦੇਖੇ ਸਮਝੇ ਇਨਵਾਈਟ ਕੀਆ ਗਿਆ। ਇਤਨੀ ਬੜੀ ਅਰੇਂਜਮੈਂਟਸ, ਇਤਨੇ ਬੜੇ ਇੰਤਜ਼ਾਮਾਤ, ਬਸ ਅੱਲਾਹ ਕਾ ਅਮਰ ਗਾਲਬ ਰਹਾ ਕੇ ਉਨਕਾ ਕਲੋਤਾ ਬੇਟਾ ਆਪਣੀ ਸ਼ਾਦੀ ਕੀ ਅਗਲੀ ਸਵੇਰ ਕੋ ਆਪਣੇ ਹੀ ਵਲੀਮੇ ਵਾਲੇ ਦਿਨ ਜਬ ਖੁਸ਼ੀਓਂ ਕਾ ਅਰੂਜ ਥਾ ਕਰੀਬ ਕੇ ਬਾਥਰੂਮ ਮੇਂ ਨਹਾਨੇ ਗਿਆ। ਸਰਦੀਓਂ ਕੇ ਦਿਨ ਥੇ, ਵਹਾਂ ਕਈ ਕੋਇਲੇ ਕੀ ਅੰਗੀਠੀ ਜਲਾ ਰੱਖੀ ਥੀ। ਵੋ ਕੋਇਲੇ ਕੀ ਗੈਸ ਕੇ ਜ਼ਹਿਰੀਲੇ ਅਸਰ ਸੇ ਉਨਕੇ ਅਕਲੋਤੇ ਬੇਟੇ ਗੁਲਜ਼ਾਰ ਕੀ ਦਮ ਘੁਟਨੇ ਸੇ ਮੌਤ ਵਾਕਿਆ ਹੋ ਗਈ। ਆਪਣੇ ਬੇਟੇ ਕੀ ਮੌਤ ਕੀ ਖਬਰ ਸੁਣਕਰ ਗੁਲਜ਼ਾਰ ਮੁਹੰਮਦ ਕੀ ਵਾਲਦਾ ਕੋ ਇੱਕ ਬੜਾ ਸਦਮਾ ਲਗਾ, ਜਿਸੇ ਵੋ ਬਰਦਾਸ਼ਤ ਨਾ ਕਰ ਸਕੀ ਔਰ ਜਲਦ ਹੀ ਆਪਣੇ ਖਾਲਕੇ ਹਕੀਕੀ ਸੇ ਜਾ ਮਿਲੀ। ਗੁਲਜ਼ਾਰ ਮੁਹੰਮਦ ਔਰ ਉਨਕੀ ਵਾਲਦਾ ਦੋਨੋਂ ਕੋ ਇਮਾਰਤ ਕੇ ਬਰਾਮਦੇ ਮੇਂ ਦਫਨ ਕੀਆ ਗਿਆ। ਯੂੰ ਖੁਸ਼ੀਓਂ ਕਾ ਮਾਹੌਲ ਗਮ ਮੇਂ ਬਦਲ ਗਿਆ। ਉਸਕੀ ਮਾਂ ਨੇ ਕਹਾ ਜਹਾਂ ਜ਼ਿੰਦਾ ਨਹੀਂ ਰਹੇ ਮਰ ਕੇ ਤੋ ਰਹੇ, ਆਪਣੇ ਬੇਟੇ ਗੁਲਜ਼ਾਰ ਕੋ ਮਹਿਲ ਕੇ ਅੰਦਰ ਹੀ ਦਫਨ ਕਰਵਾ ਦਿਆ। ਉਸਕੇ ਇੱਕ ਸਾਲ ਬਾਅਦ ਮਾਂ ਵੀ ਰੋਤੀ ਧੋਤੀ ਕਬਰ ਕੋ ਬੋਸੇ ਦੇਤੀ ਮਰ ਗਈ। ਉਹਨੇ ਵਸੀਅਤ ਕੇ ਮੁਤਾਬਕ ਬੇਟੇ ਕੇ ਪਹਿਲੂ ਮੇਂ ਦਫਨ ਕੀਆ। ਇਹ ਮਹਿਲ ਆਪਣੇ ਰਹਿਣੇ ਵਾਲੋਂ ਕਾ ਮਜ਼ਾਰ ਬਣ ਚੁਕਾ। ਸ਼ੇਖ ਖਾਨਦਾਨ ਕੇ ਲੋਕ ਇਹ ਸੋਚ ਕਰ ਯਹਾਂ ਸੇ ਚਲੇ ਗਏ ਕਿ ਇਹ ਸ਼ੇਖ ਖਾਨਦਾਨ ਕੇ ਲੀਏ ਇੱਕ ਮਨਹੂਸ ਜਗ੍ਹਾ ਹੈ। ਇਸੀ ਦੌਰਾਨ ਮੇਂ ਇਨਕੇ ਮੁਲਾਜ਼ਮੀਨ 2 ਸਾਲ ਯਹੀਂ ਰਹਤੇ ਰਹੇ ਔਰ ਜਲਦ ਹੀ ਯਹਾਂ ਕਾ ਹਿੱਸਾ ਬਣ ਗਏ। ਕੁਛ ਮਜ਼ਹਬੀ ਰਹਿਨੁਮਾਓਂ ਨੇ ਇਸੇ ਯਤੀਮ ਖਾਨੇ ਮੇਂ ਤਬਦੀਲ ਕਰ ਦਿਆ। ਇਸਕੇ ਬਾਅਦ ਇਸ ਤਾਰੀਖੀ ਇਮਾਰਤ ਕੋ ਖਾਲੀ ਕਰਵਾ ਲਿਆ ਗਿਆ। ਇਸਕੇ ਬਾਅਦ ਇਹ ਕਬਜ਼ਾ ਗਰੁੱਪੋਂ ਕੇ ਹਾਥ ਲੱਗ ਗਈ, ਜਿਨ੍ਹੋਂਨੇ ਇਸ ਇਮਾਰਤ ਕੇ ਇਰਦ ਗਿਰਦ ਦੁਕਾਨੇ ਔਰ ਮਕਾਨਾਤ ਬਣਾ ਲੀਏ। ਆਹਿਸਤਾ ਆਹਿਸਤਾ ਇਸ ਇਮਾਰਤ ਕੀ ਤਾਰੀਖੀ ਅਹਿਮੀਅਤ ਖਤਮ ਹੋਤੀ ਜਾ ਰਹੀ ਹੈ। ਇਮਾਰਤ ਕੋ ਲਾਇਬ੍ਰੇਰੀ, ਸਕਾਫਤੀ ਮਰਕਜ਼ ਔਰ ਇੱਕ ਮਿਊਜ਼ੀਅਮ ਹੋਣੇ ਕਾ ਦਰਜਾ ਹਾਸਿਲ ਹੈ। ਲਓ ਜੀ, ਉਸ ਕਮਰੇ 'ਚ ਪਹੁੰਚੇ ਹੈ ਜਿੱਥੇ ਇੱਕ ਛੋਟਾ ਜਿਹਾ ਮਿਊਜ਼ੀਅਮ ਬਣਾਇਆ ਗਿਆ ਵਾ। ਇੱਥੇ ਉਸ ਵਕਤ ਦੀਆਂ ਇਹਨਾਂ ਦੀਆਂ ਜ਼ਰੂਰੀਆਤੀ ਚੀਜ਼ਾਂ ਜਿਹੜੀਆਂ ਵਾ, ਜਿਹਦੇ 'ਚ ਬਰਤਨ, ਸਿੱਕੇ ਔਰ ਤਲਵਾਰਾਂ, ਕੁਰਸੀਆਂ ਪਈਆਂ ਵਾ, ਇਹ ਉਹ ਕਮਰਾ ਵਾ। ਇੱਥੇ ਕਿਉਂਕਿ ਪੁਰਾਣੀਆਂ ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੀਆਂ ਯਾਦਗਾਰ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਗਈਆਂ ਵਾ। ਇਮਾਰਤ ਕਾਫ਼ੀ ਹਿੱਸਾ ਚਮਕਦਾਰ ਸੰਗੇ ਮਰਮਰ ਸੇ ਬਣਾਇਆ ਹੁਆ ਹੈ। ਇਮਾਰਤ ਕੇ ਸਾਹਮਣੇ ਵਾਲੇ ਹਿੱਸੇ ਪਰ ਲਗਾਇਆ ਗਿਆ ਫਨੂਸ ਇਮਾਰਤ ਕੀ ਖੂਬਸੂਰਤੀ ਕੋ 4 ਚਾਂਦ ਲਗਾ ਦਿੱਤਾ ਹੈ। ਗੁਲਜ਼ਾਰ ਮੰਜ਼ਿਲ ਮੇਂ ਵਾਕਿਆ ਲਾਇਬ੍ਰੇਰੀ ਕਾ ਨਾਮ ਸ਼ੇਖ ਉਮਰ ਹਯਾਤ ਲਾਇਬ੍ਰੇਰੀ ਰੱਖਾ ਗਿਆ। ਲਓ ਜੀ, ਇਹ ਉਹ ਕਮਰੇ ਆ ਜਿਹੜੇ ਇਸ ਮਹਿਲ ਦੇ ਬਣਾਏ ਗਏ ਸੀ, ਅੱਜ ਵਿਰਾਨ ਆ। ਇਹਦੇ ਤੋਂ ਅੱਗੇ ਜਿਹੜਾ ਵਾ ਉਹ ਲਾਇਬ੍ਰੇਰੀ ਆ, ਲਾਇਬ੍ਰੇਰੀ ਵੀ ਤੁਹਾਨੂੰ ਦਿਖਾਉਂਦੇ ਆ। ਇਹ ਜੀ ਲਾਇਬ੍ਰੇਰੀ ਆ ਜਿਹੜੀ, ਇੱਥੇ ਬੁੱਕਸ ਵਗੈਰਾ ਰੱਖੀ ਗਈ ਆ, ਇਸਲਾਮੀ ਕੁਤਬ ਵਗੈਰਾ। ਇਹਨੂੰ
लाइब्रेरी बना दिता गया सी। ए वो लाइब्रेरी आ और इतने बुक्स वगैरह पई आ, तुहानू अगे भी इहदे मजीद जिहड़ा हिस्सा दिखाने आ। शहर के वस्त में बनी ये इमारत मुगलिया फने तामीर की अकासी करती है। हर साल सैकड़ों की तादाद में स्याह यहाँ का रुख करते हैं। खूबसूरत महल है और लोग इसे दूर दूर से देखने के लिए आते हैं, यहाँ पर शूट वगैरह भी करवाते हैं। कदीमी महल है और लोग यहाँ से बहुत दूर दूर तक देखने के लिए आते हैं और ये बहुत ही खूबसूरत है। इसका सारा काम लकड़ी का हुआ हुआ है और ये बहुत खूबसूरत है। हम अपनी फैमिलीज के साथ आते हैं यहाँ इसको देखने के लिए, तो अब तो ये ना इसको काफ़ी तवज्जो की ज़रूरत है। उमर याद का महल 5 मंजिला था, जिनमें से 1 मंजिल बहुत ख़राब हो चुकी है। हमारी हुकूमत से दरख्वास्त है कि ये पूरा ऊपर वाला मंजिल बिल्कुल ठीक हो जाए। हयात महल चनियोट का एक हमारा बहुत अच्छा एसेट है जिसको हम लोग वेस्ट नहीं करना चाहते। इसी हवाले से हुकूमत पंजाब अब अपने टूरिज़म डिपार्टमेंट पे बहुत ज़्यादा हमारे सीएम साहब भी वर्क करवा रहे हैं और हमने हमारे जो टूरिज़म मिनिस्टर हैं उनको इनवाइट किया था और अपने इस एसेट के बारे में सारी इन्फॉर्मेशन दी थी और इंशाल्लाह जल्दी ही हमारा जो उमर हयात का महल है इसके ऊपर बड़े अच्छे से और पॉजिटिव जो है फ्रूटफुल रिज़ल्ट सामने आएंगे और कंस्ट्रक्टिव काम होता आपको दिखाई देगा और हम अपने इस एसेट को सेव करेंगे। दरवाज़ों पर बने नायाब नक्शों निगार और खूबसूरत रंगों वाली खिड़कियां अपनी मिसाल आप हैं। इसके अलावा इमारत के अंदरूनी हिस्से में बनी छतें, चबूतरा और सीढ़ियां शानदार फने तामीर का आला नमूना है। लो जी, आज तुहानू उमर हयात महल दिखाया, इहदियां वीरानियां दिखाईआं, इहदी स्टोरी जिहड़ा उह दसी आ। अगर तुहानू जिहड़ी मेरी इह वीडियो पसंद आवे, मेरे चैनल नू लाइक करो, सबसक्राइब करो, कमेंट करो, ताकि बैल आइकन दबाना ना भुलना, ताकि जिहड़ी आने वाली वीडियो आ तुहानू मिल सके।